ਮੋਗਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਸਿੰਘ ਚਾਨੀ ਦੇ ਦਫ਼ਤਰ ਦਾ ਉਦਘਾਟਨ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਤੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਬਲਜੀਤ ਸਿੰਘ ਚਾਨੀ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ ਹਨ, ਇਸ ਲਈ ਉਹ ਆਪਣੇ ਵਾਰਡ ਦਾ ਵਿਕਾਸ ਬਖੂਬੀ ਕਰਵਾਉਣਗੇ। ਉਹਨਾਂ ਕਿਹਾ ਕਿ ਇਸ ਵਾਰ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਤਾਂ ਜੋ ਪੰਜਾਬ ਦਾ ਵੀ ਦਿੱਲੀ ਦੀ ਤਰਜ਼ ਤੇ ਸਰਵਪੱਖੀ ਵਿਕਾਸ ਹੋ ਸਕੇ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਪਹਿਲੀ ਵਾਰ ਜਿਹੜੀਆਂ ਸਥਾਨਕ ਚੋਣਾਂ ਲੋਕਲ ਬਾਡੀਜ਼ ਇਲੈਕਸ਼ਨ ਲੜ ਰਹੀ ਹੈ ਔਰ ਇੱਕ ਜਿਹੜੀ ਇਹ ਪਾਰਟੀ ਆਮ ਆਦਮੀ ਪਾਰਟੀ ਇੱਕ ਪੋਲੀਟੀਕਲ ਰੈਵੋਲੂਸ਼ਨ ਹੈ, ਰਾਜਨੀਤਿਕ ਕ੍ਰਾਂਤੀ ਹੈ ਜਿਹੜੀ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਵੇਖਦੇ ਹਾਂ ਜਿੰਨੀਆਂ ਟ੍ਰੈਡੀਸ਼ਨਲ ਰਵਾਇਤੀ ਪਾਰਟੀਆਂ ਹੈਗੀਆਂ, ਚਾਹੇ ਆਪਾਂ ਮੋਗੇ ਦੀ ਉਦਾਹਰਣ ਲੈ ਲਈਏ, ਪਿਛਲੇ ਤਕਰੀਬਨ 20-22 ਸਾਲ ਤੋਂ ਜਿਹੜੀਆਂ ਸਥਾਨਕ ਚੋਣਾਂ ਹੁੰਦੀਆਂ ਆ ਰਹੀਆਂ ਉਹਦੇ ਵਿੱਚ ਜਿਹੜੇ ਦੋ ਰਾਜਨੀਤਿਕ ਵੱਡੇ ਘਰਾਣੇ ਆ ਉਹਨਾਂ ਦਾ ਸ਼ਿਕਾਰ ਆਮ ਲੋਕਾਂ ਨੂੰ ਹੋਣਾ ਪਿਆ ਡਿਵੈਲਪਮੈਂਟ ਪੱਖੋਂ ਔਰ ਹਰ ਪੱਖੋਂ। ਕਾਰਪੋਰੇਸ਼ਨ ਦੀ ਜਿਹੜੀ ਇੱਕ ਟਨਿਓਰ ਪੂਰੀ ਹੋ ਚੁੱਕੀ ਹੈ 2015 ਦੇ ਵਿੱਚ ਪਹਿਲੀ ਵਾਰੀ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਹੋਣ ਦੇ ਵਿੱਚ ਆਈ ਸੀ, ਪਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਕਾਰਪੋਰੇਸ਼ਨ ਬਣਨ ਤੋਂ ਬਾਅਦ ਸਾਰੀਆਂ ਲਾਇਬਿਲਟੀ, ਸਾਰੀਆਂ ਟਰਮਸ ਐਂਡ ਕੰਡੀਸ਼ਨਸ ਆਮ ਲੋਕਾਂ ਨੂੰ ਤਾਂ ਪੂਰੀਆਂ ਕਰਨੀਆਂ ਪੈ ਗਈਆਂ, ਪਰ ਉਹਦੇ ਐਵਜ਼ ਦੇ ਵਿੱਚ ਜੋ ਕਾਰਪੋਰੇਸ਼ਨ ਨੇ ਆਮ ਲੋਕਾਂ ਨੂੰ ਸਹੂਲਤਾਂ ਦੇਣੀਆਂ ਸੀ ਉਹ 5 ਸਾਲ ਬਿਲਕੁਲ ਵਾਂਝੀਆਂ ਰਹੀਆਂ ਨੇ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਡਿਸਪੈਂਸਰੀਆਂ ਵਗੈਰਾ ਜਿਹੜੀਆਂ ਹੈਗੀਆਂ ਕਾਰਪੋਰੇਸ਼ਨ ਦੀਆਂ ਜ਼ਿੰਮੇਵਾਰੀਆਂ ਬਣਦੀਆਂ, ਅੱਜ ਉੱਥੇ ਇੱਕ ਵੀ ਕਾਰਪੋਰੇਸ਼ਨ ਨੇ ਕੋਈ ਵੀ ਕੋਈ ਡਿਸਪੈਂਸਰੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮਾਡਰਨ ਪੋਲਿਟਿਕਸ ਦੀ ਕੀਤੀ ਹੈ, ਅੱਜ ਗੰਦਗੀ ਦੀਆਂ ਗੱਲਾਂ ਹੁੰਦੀਆਂ ਪਰ ਗੰਦਗੀ ਤੋਂ ਖਾਦ ਬਣਾਉਣ ਦੀਆਂ ਗੱਲਾਂ ਨਹੀਂ ਇੱਥੇ ਹੁੰਦੀਆਂ ਹੈਗੀਆਂ। ਅੱਜ ਰੇਨਫਾਲ ਜਿਹੜਾ ਵਾਟਰ ਹੈਗਾ ਉਹਦੀ ਡਰੇਨੇਜ ਦੀ ਜਿਹੜੀ ਹੈਗੀ ਪ੍ਰੋਬਲਮ ਬਹੁਤ ਵੱਡੀ ਆ, ਉਹਦੇ ਲਈ ਟ੍ਰੀਟਮੈਂਟ ਪਲਾਂਟ ਲੱਗਣੇ ਜ਼ਰੂਰੀ ਆ ਤਾਂ ਕਿ ਉਹੀ ਪਾਣੀ ਦੁਬਾਰਾ ਯੂਜ਼ ਹੋ ਸਕੇ। ਸੋ ਕਾਰਪੋਰੇਸ਼ਨ ਕੋਲ ਇੰਨੇ ਕੁ ਜ਼ਿਆਦਾ ਫੰਡਸ ਆ ਕਿ ਉਹਦੇ ਇੰਟਰਸਟ ਦੇ ਨਾਲ, ਉਹਦੇ ਵਿਆਜ ਦੇ ਨਾਲ ਹੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਸਕਦੀ ਹੈ। ਸੋ ਇਸ ਕਰਕੇ ਪਿਛਲੇ 5 ਸਾਲ ਤੋਂ ਲਗਾਤਾਰ ਜਿਹੜੀ ਹੈਗੀ ਮੋਗਾ ਕਾਰਪੋਰੇਸ਼ਨ ਹੈ ਉਹ ਰਾਜਨੀਤੀ ਦਾ ਸ਼ਿਕਾਰ ਹੋ ਕੇ ਡਿਵੈਲਪਮੈਂਟ ਦੇ ਪੱਖੋਂ ਫੇਲ ਰਹੀ ਹੈ। ਅਤੇ ਪੋਲਿਟਿਕਸ ਜਿਹੜੀ ਹੈਗੀ ਹੈ ਬੜਾ ਹੀ ਪਿਛਲੇ ਲੰਮੇ ਸਮੇਂ ਤੋਂ ਪੋਲਿਟਿਕਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਬੜਾ ਬਦਲਾਅ ਆ ਗਿਆ ਹੈਗਾ ਕਿ ਜਿਹੜਾ ਵੋਟਰ ਹੈ ਉਹ ਹੁਣ ਸੁਚੇਤ ਤਾਂ ਹੈਗਾ, ਪਰ ਜਿੱਥੇ ਜਾ ਕੇ ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿ ਲੀਡਰ ਔਰ ਡੀਲਰ ਦੇ ਸਪੈਲਿੰਗ ਸੇਮ ਹੁੰਦੇ ਆ ਪਰ ਇਹਦੇ ਅਰਥ ਬਹੁਤ ਵੱਡੇ ਨਿਕਲ ਜਾਂਦੇ ਆ। ਆਮ ਲੋਕ ਲੀਡਰ ਚੁਣਦੇ ਆ ਪਰ ਜਦੋਂ ਉਹ ਲੀਡਰ ਡੀਲਰ ਬਣ ਜਾਂਦਾ ਤਾਂ ਉਹ ਆਮ ਲੋਕਾਂ ਦੇ ਜਿਹੜੇ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਹ ਤੁਸੀਂ ਮਗਰਲੇ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹੋ, ਚਾਹੇ ਕੋਈ MLA ਬਦਲ ਕੇ ਉੱਧਰ ਚਲਾ ਜਾਂਦਾ, ਚਾਹੇ ਕੌਂਸਲਰ ਬਦਲ ਕੇ ਬਦਲ ਜਾਂਦਾ ਹੈਗਾ। ਸੋ ਇਹਦੇ ਕਾਰਨ ਲੋਕਾਂ ਨੂੰ ਬਹੁਤ ਠੇਸ ਪਹੁੰਚਦੀ ਹੈ, ਪਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਫ਼ ਸੁਥਰੀ ਰਾਜਨੀਤੀ ਪਲੱਸ ਉਹਦੇ ਨਾਲ ਨਾਲ ਇੱਕ ਡਿਵੈਲਪਮੈਂਟ, ਇੱਕ ਵਧੀਆ ਮਿਸ਼ਨ ਲੈ ਕੇ ਚੱਲੀਏ, ਕੋਈ ਕਮਿਸ਼ਨ ਲੈ ਕੇ ਨਾ ਚੱਲੀਏ।